ਸੂਰਜ ਇੱਧਰ ਦੀ ਬਜਾਏ ਇੱਧਰੋਂ ਚੜ ਸਕਦਾ ਪਰ 26 ਜਨਵਰੀ ਵਾਲੀ ਪਰੇਡ ਉਹ ਨਹੀਂ ਰੁਕੂਗੀ ਇਹ ਮੈਂ ਕਹਿੰਦਾ ਵੀ 26 ਜਨਵਰੀ ਨੂੰ ਇੱਥੇ ਟਰੈਕਟਰਾਂ ਦਾ ਹੜ੍ਹ ਆਊਗਾ ਟਰੈਕਟਰ ਨਹੀਂ ਆਉਣਗੇ ਸਲਾਬ ਹੋਊਗਾ ਸਾਰੀ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਟਰੈਕਟਰ ਹੀ ਟਰੈਕਟਰ ਦਿਸਣਗੇ ਹੋਰ ਕੋਈ ਵਹੀਕਲ ਦਿਸੂਗਾ ਨਹੀਂ ਉੱਥੇ ਦੋ ਮਹੀਨੇ ਦਿੱਲੀ ਆਈ ਚਾਹੇ ਇਹਨੂੰ ਹੋ ਗਏ ਦੋ ਮਹੀਨੇ ਉਦੋਂ ਪਹਿਲਾਂ ਪੰਜਾਬ 'ਚ ਲੜੇ ਹਾਂ ਅਸੀਂ 4 ਮਹੀਨਿਆਂ 'ਚ ਜੇ ਅਸੀਂ ਕਿਸੇ 'ਤੇ ਹਮਲਾ ਨਹੀਂ ਕੀਤਾ ਹੁਣ ਸਾਡਾ ਸਿਰ ਫਿਰਿਆ ਹੈਗਾ ਵੀ ਅਸੀਂ ਕਿਸੇ 'ਤੇ ਹਮਲਾ ਕਰਾਂਗੇ ਕੋਈ ਹਮਲਾ ਨਹੀਂ ਕਰਨਾ ਕੋਈ ਹਿੰਸਕ ਨਹੀਂ ਹੋਣਾ ਸ਼ਾਂਤਮਈ ਹੋਊਗੀ ਹਾਂ ਜੇ ਕੋਈ ਰੋਕ ਉਹਨਾਂ ਨੇ ਲਾਈ ਤਾਂ ਸ਼ਾਂਤਮਈ ਰਹਿੰਦੇ ਹੋਏ ਰੋਕ ਤੋੜਾਂਗੇ ਰੋਕ ਤੋੜ ਕੇ ਆਪਦੀ ਥਾਂ 'ਤੇ ਜਾਵਾਂਗੇ ਆਪਦੀ ਮੈਂ ਕੱਲ ਹੀ ਜਾ ਕੇ ਆਇਆ ਮੈਂ ਮੇਰਾ ਬਠਿੰਡਾ ਜ਼ਿਲ੍ਹਾ ਪੈਂਦਾ ਫੂਲ ਬਲਾਕ ਪੈਂਦਾ ਘੱਟੋ ਘੱਟ ਫੂਲ ਬਲਾਕ ਦੇ ਸਾਡੇ 10-15 ਕੁ ਪਿੰਡ ਨੇ 1500 ਟਰੈਕਟਰ ਨੇ ਟਰੈਕਟਰ ਮਾਰਚ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਇਹ 1500 ਉੱਥੇ ਜਾਣਗੇ 26 ਜਨਵਰੀ ਨੂੰ ਸੂਰਜ ਇੱਧਰ ਦੀ ਬਜਾਏ ਇੱਧਰੋਂ ਚੜ੍ਹ ਸਕਦਾ ਪਰ 26 ਜਨਵਰੀ ਵਾਲੀ ਪਰੇਡ ਉਹ ਨਹੀਂ ਰੁਕੂਗੀ ਇਹ ਸਤਿ ਸ਼੍ਰੀ ਅਕਾਲ ਦੋਸਤੋ ਕਿੰਗਸ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਜੀਤ ਸਿੰਘ ਸਵਾਗਤ ਕਰਦਾ ਅਸੀਂ ਇਸ ਵਕਤ ਖੜ੍ਹੇ ਹਾਂ ਸਿੰਘੂ ਬਾਰਡਰ ਦੀ ਸਟੇਜ ਦੇ ਪਿੱਛੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਫੂਲ ਜੀ ਉਹਨਾਂ ਨਾਲ ਅਗਲੀ ਅਪਡੇਟ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਰੋਜ਼ਾਨਾ ਸਪੋਕਸਮੈਨ ਨੂੰ ਤਾਂ ਦੇਣਾ ਪੈਣਾ ਟਾਇਆ ਹਾਂਜੀ ਪ੍ਰਧਾਨ ਜੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਆਏ ਹੋ ਕਿੱਦਾਂ ਦੀ ਤਿਆਰੀ ਹੈ ਜਿਹੜੀ ਪਿੰਡਾਂ ਦੇ ਵਿੱਚੋਂ ਤੁਹਾਨੂੰ ਕਰਨ ਬਹੁਤ ਵੱਡੀ ਪੱਧਰ 'ਤੇ ਜੀ ਉਤਸ਼ਾਹ ਮੈਂ ਕੱਲ੍ਹ ਹੀ ਜਾ ਕੇ ਆਇਆ ਮੈਂ ਮੇਰਾ ਬਠਿੰਡਾ ਜ਼ਿਲ੍ਹਾ ਪੈਂਦਾ ਫੂਲ ਬਲਾਕ ਪੈਂਦਾ ਘੱਟੋ ਘੱਟ ਫੂਲ ਬਲਾਕ ਦੇ ਸਾਡੇ 10-15 ਕੁ ਪਿੰਡ ਨੇ 1500 ਟਰੈਕਟਰ ਨੇ ਟਰੈਕਟਰ ਮਾਰਚ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਇਹ 1500 ਉੱਥੇ ਜਾਣਗੇ 26 ਜਨਵਰੀ ਨੂੰ 26 ਜਨਵਰੀ ਤੋਂ ਪਹਿਲਾਂ 26 ਜਨਵਰੀ ਵਾਲੀ ਪਰੇਡ 'ਚ ਲੋਕਾਂ 'ਚ ਇੰਨਾ ਉਤਸ਼ਾਹ ਵੀ ਹੜ੍ਹ ਆਇਆ ਹੋਇਆ ਮੈਂ ਕਹਿੰਦਾ ਵੀ 26 ਜਨਵਰੀ ਨੂੰ ਇੱਥੇ ਟਰੈਕਟਰਾਂ ਦਾ ਹੜ੍ਹ ਆਊਗਾ ਟਰੈਕਟਰ ਨਹੀਂ ਆਉਣਗੇ ਸਲਾਬ ਹੋਊਗਾ ਸਾਰੀ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਟਰੈਕਟਰ ਹੀ ਟਰੈਕਟਰ ਦਿਸਣਗੇ ਹੋਰ ਕੋਈ ਵਹੀਕਲ ਦਿਸੂਗਾ ਨਹੀਂ ਉੱਥੇ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਉਹ ਸਾਰਿਆਂ ਦੀ ਨਿਗਾਹ 'ਤੇ ਚੜ੍ਹਿਆ ਹੋਇਆ ਜੀ ਇਸ ਨੂੰ ਲੈ ਕੇ ਸਰਕਾਰ ਦੀ ਜਿਹੜੀ ਧੜਕਣ ਆ ਉਹ ਵੀ ਵਧੀ ਹੋਈ ਹੈ ਤਾਂ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਨੇ ਜਿਹੜੇ ਉਹ ਵੀ ਪ੍ਰਚਾਰੇ ਜਾ ਰਹੇ ਨੇ ਉਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਕਿ ਇਹ ਜਿਹੜੀ ਪਰੇਡ ਆ ਉਹ ਸ਼ਾਂਤਮਈ ਹੋਊਗੀ ਸਾਡੀ ਜੀ ਪਰੇਡ ਸ਼ਾਂਤਮਈ ਹੋਊ ਪਰੇਡ ਵੀ ਇੱਕ ਮਿੰਟ ਸ਼ਾਂਤਮਈ ਦਾ ਸਵਾਲ ਤਾਂ ਯਾਰ ਸਾਨੂੰ ਤਾਂ ਕਰੇ ਕੋਈ ਜੇ ਅਸੀਂ ਇਹ ਤੋਂ ਪਹਿਲਾਂ ਕਿਸੇ 'ਤੇ ਹਮਲਾ ਕੀਤਾ ਹੋਵੇ 2 ਮਹੀਨੇ ਦਿੱਲੀ ਆਈ ਚਾਹੇ ਇਹਨੂੰ ਹੋਗੇ 2 ਮਹੀਨੇ ਉਦੋਂ ਪਹਿਲਾਂ ਪੰਜਾਬ 'ਚ ਲੜੇ ਹਾਂ ਅਸੀਂ 4 ਮਹੀਨਿਆਂ 'ਚ ਜੇ ਅਸੀਂ ਕਿਸੇ 'ਤੇ ਹਮਲਾ ਨਹੀਂ ਕੀਤਾ ਹੁਣ ਸਾਡਾ ਸਿਰ ਫਿਰਿਆ ਹੈਗਾ ਵੀ ਅਸੀਂ ਕਿਸੇ 'ਤੇ ਹਮਲਾ ਕਰਾਂਗੇ ਕੋਈ ਹਮਲਾ ਨਹੀਂ ਕਰਨਾ ਕੋਈ ਹਿੰਸਕ ਨਹੀਂ ਹੋਣਾ ਸ਼ਾਂਤਮਈ ਹੋਊਗੀ ਹਾਂ ਜੇ ਕੋਈ ਰੋਕ ਉਹਨਾਂ ਨੇ ਲਾਈ ਤਾਂ ਸ਼ਾਂਤਮਈ ਰਹਿੰਦੇ ਹੋਏ ਰੋਕ ਤੋੜਾਂਗੇ ਰੋਕ ਤੋੜ ਕੇ ਆਪਦੀ ਥਾਂ 'ਤੇ ਜਾਵਾਂਗੇ ਆਪਦੀ ਤਿਆਰੀਆਂ ਫੁੱਲ ਨੇ ਤਿਆਰੀਆਂ ਫੁੱਲ ਨੇ ਜੀ ਹਰ ਹਾਲ ਸੂਰਜ ਇੱਧਰ ਦੀ ਬਜਾਏ ਇੱਧਰੋਂ ਚੜ੍ਹ ਸਕਦਾ ਪਰ 26 ਜਨਵਰੀ ਵਾਲੀ ਪਰੇਡ ਉਹ ਨਹੀਂ ਰੁਕੂਗੀ ਇਹ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਹੈ ਜਿਹੜੀ 26 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਉਹ ਪੂਰੀ ਤੌਰ 'ਤੇ ਉਲੀਕਿਆ ਜਾ ਚੁੱਕਿਆ ਗਾ ਉਹ ਪੂਰਾ ਸ਼ਾਂਤਮਈ ਹੈ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਵੇਗਾ ਅਗਲੀ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਕਿੰਗਸ ਮੀਡੀਆ ਪੰਜਾਬੀ